ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰੋਜ਼ਾਨਾ ਟਾਈਮ 'ਚ ਖਬਰ ਪੀਟੀਆਈ ਯੂਨੀਅਨ ਦੇ ਨਾਲ ਜੁੜੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਉੱਥੇ ਹੀ ਸਿੱਖਿਆ ਮੰਤਰੀ ਦੇ ਘਰ ਦਾ ਉਹਨਾਂ ਨੇ ਘਿਰਾਓ ਕੀਤਾ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸਿੱਖਿਆ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਅਸੀਂ ਉਹਨਾਂ ਨੂੰ ਸਾਹਮਣੇ ਕੁਝ ਆਪਣੀਆਂ ਮੰਗਾਂ ਰੱਖੀਆਂ ਗਈਆਂ ਸੀ ਪਰੰਤੂ ਪੰਜਾਬ ਸਰਕਾਰ ਨੇ ਸਾਡੇ ਨਾਲ ਜਿਹੜੇ ਵਾਅਦੇ ਆ ਉਹ ਪੂਰੇ ਨਹੀਂ ਕੀਤੇ ਤੇ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਦੱਸ ਦਈਏ ਕਿ ਉੱਥੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਧਰਨਾ ਚੁਕਾਇਆ ਗਿਆ ਤੇ ਜਿਸ ਨੂੰ ਲੈ ਕੇ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਨਾਲ ਧੱਕਾ ਕੀਤਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਆਪ ਸਰਕਾਰ ਤੇ ਨਿਸ਼ਾਨੇ ਸਾਧੇ ਨੇ। ਅੱਜ ਸਿੱਖਿਆ ਮੰਤਰੀ ਦੇ ਜਿਹੜਾ ਕੀ ਆ ਪ੍ਰੋਟੈਸਟ ਸੀਗਾ ਔਰ ਅੱਜ ਜਿਹੜਾ ਕਿ ਅਸੀਂ ਸੰਗਰੂਰ ਆਨੰਦਪੁਰ ਸਾਹਿਬ ਵਿਖੇ ਆਏ ਸੀ ਸਾਡੇ ਤੇ ਜਿਹੜਾ ਕੀ ਹੈ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਨਾਮ ਨਾਲ ਗੱਡੀ ਦੇ ਵਿੱਚ ਚੜ੍ਹਦਿਆਂ ਦੇ ਜਿਹੜਾ ਕੀ ਹੈ ਸਿਰ ਦੇ ਵਿੱਚ ਡਾਂਗਾਂ ਮਾਰੀਆਂ ਗਈਆਂ ਨੇ ਪੰਜਾਬ ਪੁਲਿਸ ਦੇ ਵੱਲੋਂ ਅਸੀਂ ਹੱਥ ਜੋੜ ਕੇ ਬੇਨਤੀਆਂ ਕਰਦੇ ਰਹੇ ਹਾਂ ਵਾਰ ਵਾਰ ਵੀ ਅਸੀਂ ਆਰਾਮ ਨਾਲ ਚੱਲਣ ਨੂੰ ਤਿਆਰ ਹਾਂ ਇਹ ਸਰਕਾਰ ਜਿਹੜੀ ਕੀ ਅਸੀਂ ਬਣਾਈ ਸੀ ਇੱਥੇ ਇੱਕ ਗੱਲ ਯਾਦ ਆਉਂਦੀ ਹੈ ਉਹੀ ਧਰਨੇ ਉਹੀ ਨਾਅਰੇ ਝਾੜੂ ਜਿੱਤ ਗਿਆ ਲੋਕੀ ਹਾਰੇ ਇੱਥੇ ਸਾਨੂੰ ਡਰਾਵੇ ਦਿੱਤੇ ਜਾਣੇ ਤੁਹਾਡੇ ਦੇ ਪਰਚੇ ਕਰ ਦਿਆਂਗੇ ਤੁਹਾਨੂੰ ਜੇਲ੍ਹ ਕਰ ਦਿਆਂਗੇ ਹਾਂਜੀ ਬਾਕੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਕਹਿੰਦਾ ਜੀ ਸਾਣੇ ਦੇ ਆ ਕੇ ਦੱਸਾਂਗੇ ਤੁਸੀਂ ਮੰਗਾ ਕੀ ਆਏ ਤੁਹਾਡੀ ਸਾਡੀ ਮੰਗ ਹੈ ਕਿ 2000 ਪੀਟੀਆਈ ਪੋਸਟਾਂ ਦਾ ਪੋਰਟਲ ਜਿਹੜਾ ਕਿ ਆਨਲਾਈਨ ਕੀਤਾ ਜਾਵੇ ਪਿਛਲੀ ਸਰਕਾਰ ਦੇ ਵਿੱਚ 16 ਦਸੰਬਰ 2021 ਦੇ ਵਿੱਚ ਸਾਡੀਆਂ ਪੋਸਟਾਂ ਆਈਆਂ ਸੀ ਪਰ ਅਜੇ ਸਿੱਖਿਆ ਵਿਭਾਗ ਵੱਲੋਂ ਜਿਹੜਾ ਕੀ ਹੈ ਇਹਦਾ ਪੋਰਟਲ ਓਪਨ ਨਹੀਂ ਕੀਤਾ ਗਿਆ ਜਦੋਂ ਦੀ ਸਰਕਾਰ ਬਣੀ ਹੈ ਇਹ ਸਰਕਾਰ ਦੇ ਨਾਲ 50 ਪਲੱਸ ਪੈਨਲ ਮੀਟਿੰਗਾਂ ਹੋ ਚੁੱਕੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਸਿੱਖਿਆ ਮੰਤਰੀ ਮੁਰਦਾਬਾਦ ਅੱਜ ਸਿੱਖਿਆ ਮੰਤਰੀ ਦੇ ਜਿਹੜਾ ਕੀ ਹੈ ਪ੍ਰੋਟੈਸਟ ਸੀਗਾ ਔਰ ਅੱਜ ਜਿਹੜਾ ਕਿ ਅਸੀਂ ਸੰਗਰੂਰ ਆਨੰਦਪੁਰ ਸਾਹਿਬ ਵਿਖੇ ਆਏ ਸੀ ਸਾਡੇ ਤੇ ਜਿਹੜਾ ਕੀ ਹੈ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਨਾਮ ਨਾਲ ਗੱਡੀ ਦੇ ਵਿੱਚ ਚੜ੍ਹਦਿਆਂ ਦੇ ਜਿਹੜਾ